ਫਾਜ਼ਿਲਕਾ ਦੇ ਪਿੰਡ ਖਾਨਪੁਰ ਦੇ ਸਰਪੰਚ ਹਰਦੀਪ ਟਾਕਾ ਵੱਲੋਂ ਲਗਾਏ ਗਏ ਪਿੰਡ ਦੇ ਵਿੱਚ ਕਬਲੇਬਾਜ਼ੀ ਕਰਨ ਦੇ ਆਰੋਪ ਕਿਹਾ ਗ੍ਰਾਂਟ ਦੇ ਵਿੱਚ ਕੀਤੀ ਗਈ ਹੈ ਕਬਲੇਬਾਜ਼ੀ ਜਾਂਚ ਦੀ ਕੀਤੀ ਗਈ ਮੰਗ ਫਾਜ਼ਿਲਕਾ ਦੇ ਪਿੰਡ ਖਾਨਪੁਰ ਦੇ ਵਿੱਚ ਸਰਕਾਰੀ ਗ੍ਰਾਂਟ ਦੇ ਅੰਦਰ ਕਬਲੇਬਾਜ਼ੀ ਦੇ ਆਰੋਪ ਲਗਾਏ ਗਏ ਹਨ ਇਹ ਆਰੋਪ ਪਿੰਡ ਦੇ ਹੀ ਸਰਪੰਚ ਹਰਦੀਪ ਟਾਕਾ ਵੱਲੋਂ ਲਗਾਏ ਗਏ ਹਨ ਉਹਨਾਂ ਨੇ ਕਿਹਾ ਕਿ 1.5 ਸਾਲ ਪਹਿਲਾਂ ਉਹਨਾਂ ਨੂੰ ਹਟਾ ਕੇ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਲਗਾ ਦਿੱਤੇ ਗਏ ਸਨ ਜਿਸ ਤਰ੍ਹਾਂ ਜਿਨ੍ਹਾਂ ਵੱਲੋਂ ਗ੍ਰਾਂਟ ਦੇ ਵਿੱਚ ਕਬਲੇਬਾਜ਼ੀ ਕੀਤੀ ਗਈ ਹੈ ਅਤੇ ਜ਼ਮੀਨ ਦੀ ਬੋਲੀ ਦਾ ਪੂਰਾ ਰਿਕਾਰਡ ਵੀ ਪੇਸ਼ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦਾ ਕੋਰਮ ਪੂਰਾ ਹੋਇਆ ਅਤੇ ਉਹ ਸਰਪੰਚ ਬਣੇ ਹਨ ਅਤੇ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਟਾਲੀਵਾਲ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਕੀਤੀ ਗਈ ਹੈ ਲੇਕਿਨ ਹਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਤੁਹਾਨੂੰ ਦੱਸ ਦਈਏ ਹਰਦੀਪ ਸਿੰਘ ਟਾਕਾ ਪਿੰਡ ਖਾਨਪੁਰ ਦੇ ਸਰਪੰਚ ਹਨ ਜੋ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਹਨ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਹੋਣ ਦੇ ਚਲਦਿਆਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਜਿਸ ਦੇ ਚਲਦਿਆਂ ਉਹਨਾਂ ਦੇ ਵਿੱਚ ਖਾਸਾ ਰੋਸ ਦੇਖਣ ਨੂੰ ਮਿਲਿਆ ਉਹਨਾਂ ਨੇ ਫਾਜ਼ਿਲਕਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਜਾਂਚ ਕਰਕੇ ਆਰੋਪੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਹਾਂਜੀ, ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਮ ਹੈ ਹਰਦੀਪ ਡਾਕਾ, ਸਰਪੰਚ ਖਾਨ ਵਾਲਾ। ਮੈਂ 2013 'ਚ ਪਹਿਲੀ ਵਾਰ ਸਰਪੰਚ ਬਣਿਆ ਸੀ, ਫਿਰ 2018 'ਚ ਦੂਜੀ ਵਾਰੀ ਸਰਪੰਚ ਬਣਿਆ ਸੀ। ਸਰਪੰਚ ਸਾਹਿਬ, ਕੀ ਮਸਲਾ ਹੈ, ਤੁਸੀਂ ਅੱਜ ਸਾਡੇ ਰੂਬਰੂ ਹੋਏ ਹੋ? ਮਸਲਾ ਇਹ ਹੈ ਵੀ 2018 'ਚ ਮੈਂ ਦੁਬਾਰਾ ਜਦੋਂ ਸਰਪੰਚ ਬਣਿਆ ਸੀ ਉਦੋਂ ਕਾਂਗਰਸ ਦਾ ਰਾਜ ਸੀ ਔਰ ਮੈਂ ਅਕਾਲੀ ਦਲ ਦਾ ਸਰਕਾਰ ਪ੍ਰਧਾਨ ਹਾਂ ਔਰ ਅਕਾਲੀ ਦਲ ਨਾਲ ਮੈਂ ਬਿਲੋਂਗ ਕਰਦਾ। ਉਸ ਤੋਂ ਬਾਅਦ ਸਾਲ ਇੱਕ ਮੇਰਾ ਵਧੀਆ ਕੰਮ ਚੱਲਦਾ ਰਿਹਾ। ਉਸ ਤੋਂ ਬਾਅਦ 1.5 ਸਾਲ ਮੇਰਾ ਮੈਂਬਰ ਤੋੜ ਕੇ ਕੋਰਮ ਲਾ ਪ੍ਰਬੰਧਕ ਲਗਾ ਦਿੱਤਾ ਗਿਆ ਧੱਕੇ ਨਾਲ ਕਾਂਗਰਸ ਰਾਜ 'ਚ ਔਰ ਉਹ 1.5 ਸਾਲ 'ਚ ਤਕਰੀਬਨ 40 ਲੱਖ ਰੁਪਈਆ ਮੇਰੇ ਪਿੰਡ 'ਚ ਗ੍ਰਾਂਟ ਆਈ। ਉਹ 1.5 ਸਾਲ ਪਹਿਲਾਂ ਪ੍ਰਬੰਧਕ ਲਗਾਇਆ ਗਿਆ ਸੀ, ਉਹ ਪ੍ਰਬੰਧਕ ਖਤਮ ਹੋ ਗਿਆ, ਕੋਰਮ ਮੇਰਾ ਪੂਰਾ ਹੋ ਗਿਆ ਸੀ। ਅੱਜ ਅਸੀਂ ਪੰਚਾਇਤ ਦੀ ਬੋਲੀ ਕਰਨ ਲੱਗੇ ਅਤੇ ਸੈਕਟਰੀ ਆਇਆ, ਉਹਨੂੰ ਮੈਂ ਕਿਹਾ ਵੀ ਸਾਰਾ ਰਿਕਾਰਡ ਲਿਆ ਆਪਣਾ ਰਿਕਾਰਡ, ਕੋਈ ਰਿਕਾਰਡ ਨਹੀਂ ਲੈ ਕੇ ਆਇਆ ਸੈਕਟਰੀ, ਇੱਕ ਲਾਭ ਲੈ ਕੇ ਆਇਆ ਜਿਹੜਾ ਜਿਹੜੀ ਮੈਂ ਪਿਛਲੀ ਬੋਲੀ ਕੀਤੀ ਸੀ। ਉਸ ਤੋਂ ਬਾਅਦ ਜਿਹੜੀ ਬੋਲੀਆਂ ਹੋਈਆਂ ਨਾ ਤਾਂ ਬੋਲੀਆਂ ਚੜੀਆਂ ਹੋਈਆਂ। ਅੱਜ ਬੋਲੀਦਾਤਾ ਜਿਹੜੇ ਬੋਲੀ ਦੇਣ ਆਏ ਸੀ ਉਹ ਕਹਿੰਦੇ ਸੀ ਵੀ ਅਸੀਂ ਤਾਂ ਬਹੁਤ ਮਹਿੰਗੀ ਜ਼ਮੀਨ ਲਈ ਸੀ, ਉਹ ਰਿਕਾਰਡ 'ਚ ਔਰ ਬੈਂਕ 'ਚ ਕੁਝ ਹੋਰ ਬੋਲ ਰਿਹਾ, ਅਤੇ ਇਸ 'ਤੇ ਬਹੁਤ ਵੱਡਾ ਭ੍ਰਿਸ਼ਟਾਚਾਰ ਹੋਇਆ ਹੈ। ਔਰ ਮੇਰੇ ਪਿੰਡ 'ਚ ਜਦੋਂ ਪ੍ਰਬੰਧਕ ਸੀ 1.5 ਸਾਲ ਡੇਢ ਤਕਰੀਬਨ 1.25 ਸਾਲ ਪ੍ਰਬੰਧਕ ਰਿਹਾ, ਉਹਦੇ 'ਚ ਤਕਰੀਬਨ 40-50 ਲੱਖ ਰੁਪਈਆ ਗ੍ਰਾਂਟ ਆਈ ਸੀ। ਉਹ ਸਾਰੀ ਗ੍ਰਾਂਟ ਜਿਹੜੇ ਸੰਤੋਖ ਸਿੰਘ ਸੈਕਟਰੀ ਹੈਗਾ ਉਹ ਪ੍ਰਬੰਧਕ ਸੀ, ਉਸ ਤੋਂ ਬਾਅਦ ਸ਼ਰਵਣ ਕੁਮਾਰ ਪ੍ਰਬੰਧਕ ਰਹੇ ਹੈ, ਉਹਨਾਂ ਨੇ ਪੈਸੇ ਹੜਪ ਗਏ। ਔਰ ਜਿਹੜੀ ਪੰਚਾਇਤ ਦੀ ਜ਼ਮੀਨ ਦੀ ਇਨਕਮ ਦੀ ਹੋਈ ਸੀ ਬੋਲੀ, ਉਹ ਵੀ ਉਹ ਪੈਸੇ ਖਾ ਗਏ। ਅਤੇ ਇਸ ਕਰਕੇ ਮੈਂ ਮੰਤਰੀ ਸਾਹਿਬ ਨੂੰ ਵੀ ਮਿਲਿਆ ਸੀ, ਕੁਲਦੀਪ ਜੀ ਧਾਰੀਵਾਲ ਨੂੰ, ਜਦੋਂ ਪ੍ਰਬੰਧਕ ਘੱਟ ਗਿਆ ਸੀ। ਉਸ ਤੋਂ ਬਾਅਦ ਮੈਂ ਸਪੈਸ਼ਲ ਚੰਡੀਗੜ੍ਹ ਜਾ ਕੇ ਉਹਨਾਂ ਨੂੰ ਦੇ ਕੇ ਆਇਆ ਵੀ ਇੰਨਾ ਪੈਸਾ ਖਾ ਗਏ। ਅੱਜ ਤੱਕ ਉਹਦੀ ਕੋਈ ਇਨਕੁਆਇਰੀ ਨਹੀਂ ਹੋਈ, ਕੋਈ ਕੁਝ ਨਹੀਂ ਹੋਇਆ। ਮੈਂ ਡੀ ਸਾਹਿਬ ਨੂੰ ਵੀ ਮਿਲਿਆ, ਨਾ ਮੈਨੂੰ ਕੋਈ ਰਿਕਾਰਡ ਦੇ ਰਹੇ, ਨਾ ਕੋਈ ਮੇਰਾ ਸੁਣਾਈ ਕਰ ਰਹੇ। ਏਡੀ ਸਾਹਿਬ ਨੂੰ ਮਿਲਿਆ, ਮੈਂ ਡੀਸੀ ਸਾਹਿਬ ਨੂੰ ਮਿਲਿਆ, ਬੀਡੀਓ ਨੂੰ ਮਿਲਿਆ, DDPO ਨੂੰ ਮਿਲਿਆ, ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਔਰ ਮਾਨ ਸਾਹਿਬ ਕਹਿੰਦੇ ਵੀ ਸਾਡਾ ਜ਼ੀਰੋ ਟੋਲਰੈਂਸ ਹੈ, ਅਸੀਂ ਭ੍ਰਿਸ਼ਟਾਚਾਰੀ ਨੂੰ ਬਖਸ਼ਾਂਗੇ ਨਹੀਂ। ਤਾਂ ਮੈਂ ਬਿਲਕੁਲ ਜਾ ਕੇ ਮੰਤਰੀ ਸਾਹਿਬ ਨੂੰ ਦੇ ਕੇ ਆਇਆ ਸੀ ਵੀ ਆਹ ਬੰਦਿਆਂ ਨੇ ਇੰਨਾ ਭ੍ਰਿਸ਼ਟਾਚਾਰ ਕੀਤਾ, ਇਹਦੀ ਵਿਜੀਲੈਂਸ ਇਨਕੁਆਇਰੀ ਕਰਾਈ ਜਾਵੇ ਔਰ ਦੁੱਧ ਦਾ ਦੁੱਧ ਪਾਣੀ ਕੀਤਾ ਜਾਵੇ। ਔਰ ਮੈਂ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਵੀ ਮੈਂ 7 ਸਾਲ ਸਰਪੰਚ ਰਿਹਾ, ਹੁਣ ਵੀ ਮੈਂ ਸਰਪੰਚ ਹਾਂ, ਪਰ ਜਿਹੜਾ 7 ਸਾਲਾਂ 'ਚ ਮੈਂ ਕੰਮ ਕੀਤਾ ਪਹਿਲਾਂ ਮੇਰੀ ਇਨਕੁਆਇਰੀ ਕਰਵਾ ਲਓ, ਉਸ ਤੋਂ ਬਾਅਦ ਉਹਨਾਂ ਦੀ ਕਰਵਾ ਲਓ, ਤੁਹਾਨੂੰ ਪਤਾ ਲੱਗ ਜਾਊਗਾ ਵੀ ਕੌਣ ਖਾਧਾ। ਔਰ ਸਾਰਾ ਪੈਸਾ ਖਾ ਕੇ ਮੈਨੂੰ ਹੈਰਾਨ ਹੈ, PD ਬਾਰਡਰ ਏਰੀਆ ਡਿਵੈਲਪਮੈਂਟ ਫੰਡ ਸਾਡੇ ਪਿੰਡ ਦਾ ਜਿਹੜਾ ਬਾਰਡਰ 'ਤੇ ਜਮ੍ਹਾਂ ਪੈਂਦਾ ਉਹਦਾ 10 ਲੱਖ ਰੁਪਈਆ ਗ੍ਰਾਂਟ ਆਈ ਸੀ, ਉਹ ਗ੍ਰਾਂਟ ਦਾ ਵੇਰਵਾ ਹੀ ਨਹੀਂ ਆ ਰਿਹਾ। ਇੱਥੋਂ ਜਾਰੀ ਹੋਈ ਹੈ ਡੀ ਸਾਹਿਬ ਤੋਂ, ਅਸੀਂ ਕਢਾਇਆ ਲੈਟਰ, ਕਹਿੰਦਾ ਪੈਸੇ ਲੱਗੇ, ਪੈਸੇ ਜਿੱਥੇ ਲੱਗੇ ਹੈ ਉਹ ਗਲੀ ਪਹਿਲਾਂ ਹੀ ਬਣੀ ਹੋਈ ਸੀ, ਉਹ ਗਲੀ ਦਿਖਾ ਕੇ ਉਹ 10 ਲੱਖ ਰੁਪਈਆ ਹੀ ਖਾ ਗਏ। ਅੱਛਾ ਜੀ, ਹਾਂਜੀ, ਇੱਡਾ ਵੱਡਾ ਭ੍ਰਿਸ਼ਟਾਚਾਰ ਸਾਡੇ ਪਿੰਡ 'ਚ ਹੋਇਆ ਹੈ। ਅਤੇ ਉਹ ਜਿਹੜੇ ਪ੍ਰਬੰਧਕ ਲੱਗੇ ਸੀ, ਸੈਕਟਰੀ ਸੰਤੋਖ ਕੁਮਾਰ ਪ੍ਰਬੰਧਕ ਲੱਗਿਆ ਸੀ, ਇੱਕ ਸ਼ਰਵਣ ਕੁਮਾਰ, ਅਤੇ ਕੋਈ ਕਾਰਵਾਈ ਨਹੀਂ ਹੈਗੀ, ਉਹ ਦੁਬਾਰਾ ਫਿਰ ਇੱਥੇ ਆ ਗਏ। ਔਰ ਪੰਚਾਇਤ ਦੇ ਜਿਹੜੀ ਪੰਚਾਇਤ ਦੀ ਜ਼ਮੀਨ ਦੀ ਬੋਲੀ ਸੀ, ਤੁਸੀਂ ਹੈਰਾਨ ਹੋ ਜਾਓਗੇ, ਜਾ ਕੇ ਦੇਖੋਗੇ, ਪੁੱਛੋਗੇ BDO ਸਾਹਿਬ ਨੂੰ, ਪੈਸੇ ਸਾਰੇ ਖਾ ਕੇ ਕਾਪੀ 'ਚ ਪੂਰੀ ਨਹੀਂ ਹੈਗੇ। ਕਿੰਨੇ ਦੀ ਬੋਲੀ ਹੋਈ ਸੀ ਜ਼ਮੀਨ? ਤਕਰੀਬਨ 9 ਲੱਖ ਦੀ ਬੋਲੀ ਹੋਈ ਹੈ ਔਰ 6-6.5 ਲੱਖ ਰੁਪਈਆ ਸ਼ੋਅ ਕਰ ਰਹੇ, 2.5 ਲੱਖ ਰੁਪਈਆ ਸਿੱਧਾ ਬਾਹਰ ਤੋਂ ਬਾਹਰ ਖਾ ਗਏ। ਅੱਛਾ ਜੀ, ਹਾਂਜੀ, ਕਿੰਨੀ ਜ਼ਮੀਨ ਕਿੰਨੀ ਸੀ ਪਿੰਡ ਦੀ? 3 ਪਲਾਟ ਨੇ ਜ਼ਮੀਨ ਦੇ, A, B, C, D, ਮਤਲਬ ਕਿ SC ਕੋਟੇ ਦਾ ਪਲਾਟ ਹੁੰਦਾ ਜਿਹੜਾ ਅਸੀਂ SC ਨੂੰ ਦਿੰਦੇ ਹਾਂ, ਬਾਕੀ ਇੱਕ ਜਰਨਲ ਦੇ ਹੁੰਦੇ 2 ਪਲਾਟ। ਅਤੇ ਅੱਜ ਜਦੋਂ ਸਾਡੇ ਉਹ ਬੋਲੀ ਕਰਨ ਗਏ ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਕਹਿੰਦੇ ਵੀ ਪਿਛਲਾ ਹਿਸਾਬ ਦਿਓ, ਅਤੇ ਮੇਰੇ ਕੋਲ ਕੁਝ ਹੈ ਹੀ ਨਹੀਂ ਹਿਸਾਬ, ਮੈਂ ਕੀ ਦਿਆਂ? ਮੈਂ ਕਿਹਾ ਵੀ ਪ੍ਰਬੰਧਕ ਦਾ ਜਿਹੜੇ ਮੈਂਬਰ ਭੱਜੇ ਉਹਨਾਂ ਨੂੰ ਪੁੱਛੋ ਵੀ ਪ੍ਰਬੰਧਕ, ਉਹਨਾਂ ਨੇ ਲਵਾਇਆ ਜਿਹੜੇ ਮੈਂਬਰ ਮੇਰੇ 'ਤੇ ਚਲੇ ਗਏ ਸੀ। ਮੈਨੂੰ ਤਾਂ ਹੁਣ ਹੋਇਆ 29/2022 ਨੂੰ ਮੈਨੂੰ ਦੁਬਾਰਾ ਮੈਂ ਕੋਰਮ ਪੂਰਾ ਹੋਇਆ, ਉਦੋਂ ਦਾ ਮੈਂ ਲੱਗਿਆ ਖੜਾ ਹਾਂ ਵੀ ਅੱਜ ਤੱਕ ਮੈਨੂੰ ਕੋਈ ਰਿਕਾਰਡ ਨਹੀਂ ਦਿੱਤਾ ਗਿਆ, ਨਾ ਮੇਰੀ ਕੋਈ ਸੁਣਾਈ ਕਰ ਰਹੇ। ਅਤੇ ਜਦੋਂ ਮੈਂ ਦਫ਼ਤਰ ਜਾਂਦਾ ਤਾਂ ਮੈਨੂੰ ਕਹਿ ਦਿੰਦੇ ਅਕਾਲੀ ਸਰਪੰਚ ਹੈ,
इस करके मैं इंसाफ चाहिए। मैं सीएम मान साहब नू भी रिक्वेस्ट करना चाहना और साडे मंत्री है कैबिनेट मंत्री कुलदीप धारीवाल पंचायत मिनिस्टर उन्होंने बेनती करना चाहता भी साड़ी पिंड की इनकुआरी करा के दुध का दुध पानी का पानी किया जाए। इस तरह जे अगर धक्के प्रबंधक लगा के पैसे खाणगे और सरपंचा के नजायज परचे करे होर करे तो अगर जरा कहें भी असं लोकतंत्र की बहाली करते हैं जो पहला स्तंभ हों सरपंच का होंगे वह असं बाल रखा और गला घुट रहे हैं। इस करके मेरी दोबारा बेनती है डी साहब नू भी है मंत्री साहब नू भी है और भगत मान जी नू भी है भी यदि इनकुआरी करा के दुध का दुध पानी का पानी किया जाए। 21-22 दी तक मैं बोली कराई सी उस तो बाद प्रबंधक लग गया सी और 22-23 दी जिहड़ी बोली होई सी पंचायत दी खान वाला दी वह इस रिकॉर्ड च नहीं जमा है किन्ने च बोली हुई जिहड़े बोलीदाता ने वह कहिंदे भी असीं बहुत महंगी जमीन लई सी और रिकॉर्ड च कुछ होर बोल रहा है और बैंक की कापी है उहदे च भी पैसे पूरे जमा नहीं कराए गए। इस करके मैं समूह ग्राम वासियों नूं बेनती करदा और इलाका वासियों नूं बेनती करदा और डीसी साहब नूं निवेदन करदा भी मैं कई बार 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 ये लिख चुका हाँ प्रबंधक जिहड़े 1.5 साल मेरी गैरमौजूदगी प्रबंधक लगे रहे साडे पिंड दा बहुत पैसा खा गए घट्टो घट तकरीबन 35-40 लाख रुपया तो ग्रांट आई सी वह खा गए 10 लाख बार्डर एरिया डिवेलपमेंट फंड आया सी उहदा पता ही नहीं लग रहा भी कदों खा गए। हुण साडा कोरम पूरा होया 1.5 साल हो गया कोरम पूरे होए नूं कोरम पूरा होया सी साडा ਉਨੀ 29-22 ਨੂੰ ਮੇਰਾ ਕੋਰਮ ਪੂਰਾ ਹੋਇਆ ਸੀ। ਉਸ ਤੋਂ ਬਾਅਦ ਮੈਂ ਲਿਖ ਕੇ ਦਿੱਤਾ ਵੀ ਕੋਰਮ ਪੂਰਾ ਹੋ ਗਿਆ ਮੈਨੂੰ ਸਾਲ ਹੋ ਗਿਆ ਮੱਥੇ ਮਾਰਦੇ ਨੂੰ ਬੀ ਡੀ ਓ ਸਾਹਿਬ ਨੂੰ ਕਹਿਤਾ ਏ ਡੀ ਸਾਹਿਬ ਨੂੰ ਕਹਿਤਾ ਡੀ ਸੀ ਸਾਹਿਬ ਨੂੰ ਕਹਿਤਾ ਨਾ ਮੈਨੂੰ ਕੋਈ ਰਿਕਾਰਡ ਦੇ ਰਹੇ ਹੈ ਨਾ ਕੁਛ ਹੋਰ ਕਰ ਰਹੇ ਔਰ ਜਿਹੜੀ 7 ਸਾਲ ਦੀ ਮੈਂ ਬੋਲੀ ਕਰਾਈ ਸੀ ਆਹ ਮੇਰੇ ਕੋਲ ਰਿਕਾਰਡ ਹੈ ਔਰ ਜਿਹੜਾ ਇਹਨਾਂ ਨੇ ਬੋਲੀ ਕਰਾਈ ਸੀ ਲਾ ਬੁੱਕ 'ਚ ਜਿਹੜਾ ਲਿਖਦੇ ਹੈ ਪੰਚਾਇਤ ਦੀ ਬੋਲੀ ਦਾ ਆਹ ਹੈਗਾ 22-23 ਦਾ ਆਹ ਦੇਖੋ ਖਾਲੀ ਪਿਆ ਅਤੇ ਜਿਹੜੇ ਬੰਦੇ ਇੱਥੇ ਪ੍ਰਬੰਧਕ ਰਹੇ ਨੇ ਸਰਵਣ ਕੁਮਾਰ ਰਿਹਾ ਸੰਤੋਖ ਸਿੰਘ ਰਿਹਾ ਅਰਵਿੰਦ ਰਿਹਾ ਇੱਕ ਲੋਕੇਸ਼ ਰਿਹਾ ਇਹਨਾਂ ਨੇ ਚਾਰਾਂ ਨੇ ਬੜੇ ਰਲ ਕੇ ਤਰੀਕੇ ਨਾਲ ਬਹੁਤ ਪੈਸੇ ਖਾਧੇ ਨੇ ਅਤੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਡੀ ਸੀ ਸਾਹਿਬ ਨੂੰ ਮਾਨਯੋਗ ਬੀ ਡੀ ਓ ਸਾਹਿਬ ਨੂੰ ਡੀ ਡੀ ਪੀ ਓ ਸਾਹਿਬ ਨੂੰ ਔਰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜੀ ਨੂੰ ਬੇਨਤੀ ਕਰਦਾ ਕਿ ਖਾਣ ਵਾਲਾ ਦੀ ਜਿਹੜੀ ਆ 1.5-2 ਸਾਲਾਂ ਦੇ ਪ੍ਰਬੰਧਕ ਲੱਗੇ ਰਹੇ ਨੇ ਇਹਨਾਂ ਦੀ ਪੂਰੀ ਜਾਂਚ ਕਰਾਈ ਜਾਵੇ ਵਿਜੀਲੈਂਸ ਤੋਂ ਜਾਂਚ ਕਰਾਈ ਜਾਵੇ। ਇਸ ਮੈਂ ਵਾਰ ਵਾਰ ਲਿਖ ਕੇ ਵੀ ਦਿੱਤਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ। ਇਸ ਕਰਕੇ ਮੈਂ ਦੁਬਾਰਾ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਪੰਚਾਇਤ ਰਾਜ ਨੂੰ ਪੰਚਾਇਤ ਰਾਜ ਰਹਿਣ ਦਿੱਤਾ ਜਾਵੇ। ਜੇ ਇਸ ਤਰ੍ਹਾਂ ਲੋਕ ਧੱਕੇ ਨਾਲ ਪ੍ਰਬੰਧਕ ਲਗਾ ਕੇ ਪੈਸੇ ਖਾਣਗੇ ਔਰ ਜਿਹੜੀ ਸਰਕਾਰਾਂ ਪੈਸੇ ਖਵਾਉਣਗੀਆਂ ਤਾਂ ਕੋਈ ਸਰਪੰਚ ਇਸ ਪਿੰਡ 'ਚ ਨਹੀਂ ਬਣੂਗਾ ਕਿਉਂਕਿ ਉਹ ਪੈਸੇ ਖਾ ਜਾਣਗੇ ਹਿਸਾਬ ਲੋਕ ਜਿਹੜੇ ਆ ਸਾਡੇ ਤੋਂ ਮੰਗ ਰਹੇ ਨੇ। ਅਸੀਂ ਹੁਣ ਕਾਹਦਾ ਹਿਸਾਬ ਦੇਈਏ ਸਾਡੇ ਕੋਲ ਕੋਈ ਰਜਿਸਟਰ ਨਹੀਂ ਕੋਈ ਰਿਕਾਰਡ ਨਹੀਂ ਲਾ ਬੁੱਕ ਨਹੀਂ। ਇਸ ਕਰਕੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਇਹਦੀ ਜਾਂਚ ਡੂੰਘਾਈ ਨਾਲ ਕਰਾਈ ਜਾਵੇ। ਸੰਤੋਖ ਸਿੰਘ ਪ੍ਰਬੰਧਕ ਰਿਹਾ ਇੱਥੇ ਅਤੇ ਉਹਦੇ ਨਾਲ ਗੁਰਜੰਟ ਸਿੰਘ ਸੈਕਟਰੀ ਸੀ ਸਰਵਣ ਕੁਮਾਰ ਪ੍ਰਬੰਧਕ ਰਿਹਾ ਉਹਦੇ ਨਾਲ ਸੈਕਟਰੀ ਅਰਵਿੰਦ ਕੁਮਾਰ ਸੀ ਅਰਵਿੰਦ ਕੁਮਾਰ ਪ੍ਰਬੰਧਕ ਰਿਹਾ ਉਹਦੇ ਨਾਲ ਲੋਕੇਸ਼ ਸੈਕਟਰੀ ਸੀ। ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ। ਇਹਨਾਂ ਨੇ ਬੜੇ ਪੈਸੇ ਖਾਧੇ ਇਸ ਪਿੰਡ 'ਚ ਔਰ ਘਪਲੇ ਹੋਏ ਹੈ 40 ਲੱਖ ਦਾ ਅੱਜ ਤੱਕ ਸਾਡੇ ਪਿੰਡ 'ਚ ਕਹਿੰਦੇ ਵਿਕਾਸ ਹੋਇਆ 40 ਲੱਖ ਦਾ ਤੁਸੀਂ ਜਾ ਕੇ ਪਿੰਡ 'ਚ ਦੇਖੋ 40